ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਪੰਜਾਬੀ ਕਿਚਨ YouTube ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਆ। ਉਮੀਦ ਕਰਦੇ ਆ ਕਿ ਤੁਸੀਂ ਸਾਰੇ ਜਣੇ ਠੀਕ ਹੋਵੋਗੇ। ਸੋ ਅੱਜ ਮੈਂ ਤੁਹਾਡੇ ਨਾਲ ਸ਼ੇਅਰ ਕਰਨ ਲੱਗੀ ਆ ਆਲੂ ਟਿੱਕੀ ਦੀ ਬਹੁਤ ਹੀ ਜ਼ਿਆਦਾ ਸਿੰਪਲ ਤੇ ਆਸਾਨ ਰੈਸਪੀ। ਸੋ ਆਲੂ ਟਿੱਕੀ ਬਣਾਉਣ ਦੇ ਲਈ ਸਭ ਤੋਂ ਪਹਿਲਾਂ ਮੈਂ ਲਏ ਆ 6 ਮੀਡੀਅਮ ਸਾਈਜ਼ ਦੇ ਉਬਲੇ ਹੋਏ ਆਲੂ ਤੇ ਆਲੂ ਜਿਹੜੇ ਆ ਬਿਲਕੁਲ ਠੰਡੇ ਹੋਣੇ ਚਾਹੀਦੇ ਆ। ਇਹ ਮੈਂ ਤੁਹਾਨੂੰ ਬਾਅਦ ਵਿੱਚ ਦੱਸਦੀ ਆ ਕਿ ਆਲੂ ਕਿਉਂ ਠੰਡੇ ਹੋਣੇ ਚਾਹੀਦੇ ਆ। ਤੇ ਇਹ ਜਿਹੜੇ ਆਪਾਂ ਮਸਾਲੇ ਇਹਦੇ ਵਿੱਚ ਪਾਵਾਂਗੇ, टेस्ट के अकॉर्डिंग पावांगे नमक, आधा चम्मच लिया मोटी कुटी हुई लाल मिर्च, हरी मिर्च पावांगे स्वाद के हिसाब नाल, तुसी चाहो तो कल्ली हरी मिर्च भी पा सकते हो जां कल्ली लाल मिर्च भी पा सकते हो। आधा चम्मच लिया भुने हुए जीरे का पाउडर, आधा चम्मच लिया अजवाइन। तो ये जिहड़ी आलू टिक्की आपां बिना मैदा बिना ब्रैड क्रम्स से बना के तैयार करांगे। सो आपां बाइंडिंग दे लई इहदे विच पावांगे चौलां दा आटा। बाजार दे विच वी चौलां दा आटा जिहड़ा मिल जांदा है, पर मैं की कीता कि मिक्सी दे विच चौलां नूं पीस के इहनां नूं छान लिया है, ते जिहड़ा पाउडर आ ओह अलग हो गया, जिहड़े मोटे दाणे सी ओह अलग हो गया। इह इस्तेमाल करांगे। हुण सभ तों पहिलां असीं आलूआं नूं मैश करके तैयार करना है। इह वड्डा बर्तन लै लांगे आपां, ਇਹਦੇ ਵਿੱਚ ਜਿਹੜੇ ਆਪਾਂ ਆਲੂ ਪਾ ਲੈਣੇ ਆ ਤੇ ਇਹਨਾਂ ਨੂੰ ਚੰਗੇ ਤਰੀਕੇ ਦੇ ਨਾਲ ਆਪਾਂ ਮੈਸ਼ ਕਰ ਲੈਣਾ। ਹੱਥ ਦੇ ਨਾਲ ਮੈਸ਼ ਕਰ ਲਾਂਗੇ ਚੰਗੇ ਤਰੀਕੇ ਨਾਲ। ਮੈਸ਼ ਕਰਕੇ ਫਿਰ ਮੈਂ ਤੁਹਾਨੂੰ ਦੱਸਦੀ ਆ ਕਿ ਅੱਗੇ ਆਪਾਂ ਕੀ ਕਰਨਾ। ਦੇਖੋ ਆਲੂ ਮੈਂ ਚੰਗੇ ਤਰੀਕੇ ਦੇ ਨਾਲ ਮੈਸ਼ ਕਰ ਲਏ ਆ। ਤੁਸੀਂ ਦੇਖ ਸਕਦੇ ਹੋ ਕੋਈ ਮੋਟਾ ਟੁਕੜਾ ਵਿੱਚ ਛੋਟਾ ਮੋਟਾ ਰਹਿ ਵੀ ਗਿਆ ਤਾਂ ਉਹਦੀ ਕੋਈ ਗੱਲ ਨਹੀਂ ਹੈ, ਵਧੀਆ ਲੱਗਦਾ ਇਦਾਂ ਵੀ ਖਾਣ ਨੂੰ। ਤੇ ਤੁਸੀਂ ਇੱਕ ਗੱਲ ਦਾ ਖਾਸ ਧਿਆਨ ਰੱਖਣਾ ਹੈ ਕਿ ਆਲੂ ਜਿਹੜੇ ਤੁਸੀਂ ਇਸ ਤਰੀਕੇ ਨਾਲ ਮੈਸ਼ ਹੀ ਕਰਨੇ, ਇਹਨਾਂ ਨੂੰ ਕੱਦੂਕਸ ਨਹੀਂ ਕਰਨਾ ਹੈਗਾ, ਨਹੀਂ ਤਾਂ ਇਹਨਾਂ ਦੇ ਵਿੱਚ ਲੇਸ ਆ ਜਾਂਦੀ ਹੈ ਜੋ ਕਿ ਖਾਣ ਦੇ ਵਿੱਚ ਵਧੀਆ ਨਹੀਂ ਲੱਗਦੇ। ਸੋ ਹੁਣ ਅਸੀਂ ਆਲੂਆਂ ਦੇ ਵਿੱਚ ਜਿਹੜੇ ਆਪਾਂ ਮਸਾਲੇ ਲਏ ਸੀ ਉਹ ਆਪਾਂ ਮਸਾਲੇ ਇਹਦੇ ਵਿੱਚ ਪਾਵਾਂਗੇ। ਨਮਕ ਪਾਵਾਂਗੇ ਟੇਸਟ ਦੇ ਅਕੋਰਡਿੰਗ, ਲਾਲ ਮਿਰਚ ਮੋਟੀ ਕੁੱਟੀ ਹੋਈ, ਹਰੀ ਮਿਰਚ ਪਾ ਲਾਂਗੇ, ਤੁਸੀਂ ਆਪਣੇ ਸਵਾਦ ਦੇ ਹਿਸਾਬ ਨਾਲ ਪਾਣੀ ਹੈ ਲਾਲ ਮਿਰਚ ਵੀ, ਭੁੰਨੇ ਹੋਏ ਜੀਰੇ ਦਾ ਪਾਊਡਰ, ਅਜਵਾਇਣ ਪਾਵਾਂਗੇ, ਅਜਵਾਇਣ ਨੂੰ ਥੋੜ੍ਹੀ ਜਿਹੀ ਕ੍ਰਸ਼ ਕਰਕੇ ਪਾਵਾਂਗੇ ਇਸ ਤਰੀਕੇ ਨਾਲ ਹੱਥ ਦੇ ਨਾਲ, ਇਹਦਾ ਟੇਸਟ ਜਿਹੜਾ ਫਿਰ ਵਧੀਆ ਆਉਂਦਾ ਹੈ। ਤੇ ਹੁਣ ਪਹਿਲਾਂ ਆਪਾਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਚੰਗੇ ਤਰੀਕੇ ਨਾਲ ਮਿਕਸ ਕਰਾਂਗੇ ਆਪਸ ਦੇ ਵਿੱਚ। ਸਾਰੇ ਮਸਾਲੇ ਆਲੂਆਂ ਦੇ ਨਾਲ ਮੈਂ ਚੰਗੇ ਤਰੀਕੇ ਨਾਲ ਮਿਕਸ ਕਰ ਲਏ ਆ। ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਚੌਲਾਂ ਦਾ ਆਟਾ। ਚੌਲਾਂ ਦਾ ਆਟਾ ਆਪਾਂ ਇੱਕਦਮ ਨਹੀਂ ਸਾਰਾ ਇਹਦੇ ਵਿੱਚ ਪਾ ਦੇਣਾ, ਆਪਾਂ ਸਿਰਫ ਜ਼ਰੂਰਤ ਦੇ ਹਿਸਾਬ ਨਾਲ ਇਹਦੇ ਵਿੱਚ ਆਟਾ ਪਾਉਣਾ ਹੈ। ਤੇ ਮੈਂ ਸਟਾਰਟਿੰਗ ਦੇ ਵਿੱਚ ਤੁਹਾਨੂੰ ਇੱਕ ਗੱਲ ਕਹੀ ਸੀ ਕਿ ਆਲੂ ਜਿਹੜੇ ਬਿਲਕੁਲ ਠੰਡੇ ਹੋਣੇ ਚਾਹੀਦੇ ਆ, ਉਹ ਮੈਂ ਇਸ ਲਈ ਕਿਹਾ ਸੀ ਕਿ ਜੇ ਆਲੂ ਸਾਡੇ ਗਰਮ ਹੋਏ ਤਾਂ ਮਤਲਬ ਸਾਡਾ ਜਿਹੜਾ ਮਿਕਸਚਰ ਆ ਬਹੁਤ ਪਤਲਾ ਬਣਨਾ ਆ, ਫਿਰ ਸਾਨੂੰ ਚੌਲਾਂ ਦਾ ਆਟਾ ਜਿਹੜਾ ਜ਼ਿਆਦਾ ਮਿਕਸ ਕਰਨਾ ਪੈਣਾ ਆ, ਜਿਹਦੇ ਨਾਲ ਕਿ ਟਿੱਕੀ ਖਾਣੀ ਜ਼ਿਆਦਾ ਵਧੀਆ ਨਹੀਂ ਲੱਗਦੀ ਹੈਗੀ। ਫਿਰ ਚੌਲਾਂ ਦੇ ਆਟੇ ਦਾ ਟੇਸਟ ਜ਼ਿਆਦਾ ਆਊਗਾ ਤੇ ਆਲੂਆਂ ਦਾ ਘੱਟ ਆਊਗਾ। ਇਸ ਗੱਲ ਦਾ ਤੁਸੀਂ ਖਾਸ ਧਿਆਨ ਰੱਖਣਾ ਕਿ ਆਲੂ ਬਿਲਕੁਲ ਠੰਡੇ ਹੋਣੇ ਚਾਹੀਦੇ ਆ, ਤਾਂ ਕਿ ਸਾਨੂੰ ਜਿਹੜਾ ਬਾਈਂਡਿੰਗ ਦੇ ਲਈ ਆਪਾਂ ਜਾਂ ਮੈਦਾ ਪਾਉਣਾ ਹੈ ਜਾਂ ਚੌਲਾਂ ਦਾ ਆਟਾ ਜਾਂ ਬ੍ਰੈਡ ਕ੍ਰੰਬਸ ਪਾਉਣੇ ਆ, ਉਹ ਸਾਨੂੰ ਘੱਟ ਪਾਉਣੇ ਪੈਣ। 2 ਚਮਚ ਮੈਂ ਪਾ ਦਿੱਤੇ ਸੀ ਤੇ ਮੈਂ 1 ਛੋਟਾ ਚਮਚ ਇਹਦੇ ਵਿੱਚ ਹੋਰ ਪਾਉਣ ਲੱਗੀ ਆ, ਬਸ ਐਨੀ ਸਾਨੂੰ ਇਹਦੇ ਵਿੱਚ ਜ਼ਰੂਰਤ ਆ। ਤੁਸੀਂ ਜਿੰਨੇ ਆਲੂ ਲਏ ਉਹਦੇ ਹਿਸਾਬ ਦੇ ਨਾਲ ਤੁਹਾਨੂੰ ਜਿਹੜਾ ਚੌਲਾਂ ਦਾ ਆਟਾ ਪਾਉਣਾ ਪੈਣਾ ਹੈ। ਮਿਕਸ ਕਰ ਦਾਂਗੇ ਬਸ ਚੰਗੇ ਤਰੀਕੇ ਦੇ ਨਾਲ। ਦੇਖੋ ਚੌਲਾਂ ਦਾ ਆਟਾ ਵੀ ਮੈਂ ਚੰਗੇ ਤਰੀਕੇ ਦੇ ਨਾਲ ਆਲੂਆਂ ਦੇ ਨਾਲ ਮਿਕਸ ਕਰ ਦਿੱਤਾ ਹੈ, ਤੇ ਤੁਸੀਂ ਦੇਖ ਸਕਦੇ ਹੋ ਇਹ ਕਾਫੀ ਬਾਈਂਡ ਹੋ ਗਿਆ ਹੈ। ਇਸ ਤਰੀਕੇ ਨਾਲ ਆਪਾਂ ਇਹਦਾ ਬਾਲ ਬਣਾ ਕੇ ਦੇਖਣੀ ਹੈ। ਦੇਖੋ ਚੰਗੇ ਤਰੀਕੇ ਨਾਲ ਇਹਦੀ ਬਾਲ ਜਿਹੜੀ ਬਣਦੀ ਪਈ ਹੈ, ਇਹਦਾ ਮਤਲਬ ਆਪਾਂ ਚੌਲਾਂ ਦਾ ਆਟਾ ਜਿਹੜਾ ਇਹਦੇ ਵਿੱਚ ਪਰਫੈਕਟ ਪਾਇਆ ਹੈ। ਸੋ ਹੁਣ ਮਿਕਸਚਰ ਜਿਹੜਾ ਸਾਡਾ ਬਿਲਕੁਲ ਤਿਆਰ ਆ, ਅਸੀਂ ਟਿੱਕੀਆਂ ਬਣਾ ਕੇ ਤਿਆਰ ਕਰਾਂਗੇ। ਮਿਕਸਚਰ ਜਿਹੜਾ ਸਾਡਾ ਬਣ ਕੇ ਤਿਆਰ ਆ, ਹੁਣ ਅਸੀਂ ਟਿੱਕੀਆਂ ਬਣਾ ਕੇ ਤਿਆਰ ਕਰਾਂਗੇ। ਸੋ ਸਭ ਤੋਂ ਪਹਿਲਾਂ ਆਪਾਂ ਹੱਥਾਂ ਨੂੰ ਤੇਲ ਜਾਂ ਘਿਓ ਦੇ ਨਾਲ ਇਸ ਤਰੀਕੇ ਨਾਲ ਥੋੜ੍ਹਾ ਜਿਹਾ ਗਰੀਸ ਕਰ ਲਾਂਗੇ ਕਿਉਂਕਿ ਹੱਥਾਂ ਦੇ ਨਾਲ ਚਿਪਕਦਾ ਆ। ਸੋ ਹੁਣ ਤੁਸੀਂ ਜਿੱਡੀ ਵੱਡੀ ਟਿੱਕੀ ਚਾਹੁੰਦੇ ਆ ਉਸ ਹਿਸਾਬ ਨਾਲ ਤੁਸੀਂ ਜਿਹੜਾ ਆਲੂਆਂ ਦਾ ਮਿਕਸਚਰ ਲੈ ਲੈਣਾ ਹੱਥ ਦੇ ਵਿੱਚ, ਤੇ ਇਸ ਤਰੀਕੇ ਨਾਲ ਬੋਲ ਬਣਾ ਕੇ ਇਹਨੂੰ ਹਲਕਾ ਜਿਹਾ ਪ੍ਰੈਸ ਕਰ ਦੇਣਾ ਤੇ ਇਹਨੂੰ ਰਾਊਂਡ ਸ਼ੇਪ ਦੇ ਦੇਣੀ ਆ ਆਪਾਂ ਇਦਾਂ। ਤੇ ਟਿੱਕੀ ਜਿਹੜੀ ਆਪਾਂ ਮੀਡੀਅਮ ਸਾਈਜ਼ ਦੀ ਮੈਂ ਬਣਾ ਕੇ ਤਿਆਰ ਕਰਨ ਲੱਗੀ ਆ। ਦੇਖੋ ਇਸ ਤਰੀਕੇ ਦੇ ਨਾਲ ਟਿੱਕੀ ਜਿਹੜੀ ਮੈਂ ਬਣਾ ਕੇ ਤਿਆਰ ਕਰ ਲਈ ਆ। ਸੋ ਇਸੇ ਤਰੀਕੇ ਨਾਲ ਆਪਾਂ ਬਾਕੀ ਦੀਆਂ ਸਾਰੀਆਂ ਟਿੱਕੀਆਂ ਜਿਹੜੀਆਂ ਉਹ ਵੀ ਬਣਾ ਕੇ ਤਿਆਰ ਕਰ ਲਾਂਗੇ। ਦੇਖੋ ਸਾਰੀਆਂ ਟਿੱਕੀਆਂ ਜਿਹੜੀਆਂ ਮੈਂ ਬਣਾ ਕੇ ਤਿਆਰ ਕਰ ਲਈਆਂ, ਤੁਸੀਂ ਦੇਖ ਸਕਦੇ ਹੋ ਇਹਨਾਂ ਦੀ ਥਿਕਨੈਸ ਜਿਹੜੀ ਮੈਂ ਮੀਡੀਅਮ ਰੱਖੀ ਆ। ਸੋ ਹੁਣ ਅਸੀਂ ਟਿੱਕੀਆਂ ਨੂੰ ਸ਼ੈਲੋ ਫਰਾਈ ਕਰਾਂਗੇ, ਬਹੁਤ ਹੀ ਘੱਟ ਤੇਲ ਦੇ ਵਿੱਚ ਆਪਾਂ ਇਹਨਾਂ ਨੂੰ ਫਰਾਈ ਕਰਨਾ ਆ। ਤੇ ਤੁਸੀਂ ਚਾਹੋ ਤਾਂ ਇਹਨਾਂ ਨੂੰ ਡੀਪ ਫਰਾਈ ਵੀ ਕਰ ਸਕਦੇ ਹੋ, ਪਰ ਉਹਨਾਂ ਦੇ ਡੀਪ ਫਰਾਈ ਦੇ ਨਾਲ ਕੀ ਹੁੰਦਾ ਹੈ ਕਿ ਟਿੱਕੀਆਂ ਦੇ ਵਿੱਚ
तेल भर जाता है जो कि खाने के विच वधिया नहीं लगता। सो मैं तवे के उपर इन्हों शैलो फ्राई करूंगी। टिक्कियां नूं आपां तवे के उपर शैलो फ्राई करना है। ये मैं नॉन स्टिक तवा ले आया, इहदे उपर आपां पा देंगे तेल। सो घट तेल दे विच आपां जिहड़ियां टिक्कियां है फ्राई करनियां है। तुसीं देख सकते हो मैं बहुत थोड़ा तेल जिहड़ा इहदे विच पाया है तवे के उपर। तेल नूं आपां थोड़ा जिहा गर्म होण देवांगे पहलां, ते गैस दी फ्लेम जिहड़ी लो टू मीडियम रखी है मैं। सो तेल जिहड़ा साडा मीडियम गर्म हो गया है, हुण इहदे उपर आपां रख देंगे टिक्कियां। टिक्कियां तुसीं अपने तवे दे हिसाब दे नाल, जिड्डा तुहाडा तवा है उहदे हिसाब नाल तुसीं टिक्कियां जिहड़ियां रख लैणियां आ। तुसीं टिक्कियां जिहड़ियां लोहे दे तवे ते वी बना सकदे हो, पर लोहे दे तवे ते की हुंदा है कि टिक्कियां जिहड़ियां थोड़ियां जिहियां स्टिक हुंदियां इह। सो इस लई मैं इहनूं नॉन स्टिक तवे दे उपर बनाउण लगी आ। हुण असीं लो टू मीडियम फ्लेम ते आपां इहनां नूं बिलकुल गोल्डन ब्राउन ते क्रिस्प होण तक इहनां नूं उल्ट पुल्ट के आपां इहनां नूं सेकणा है। सो टिक्कियां नूं सेकदे होए कुछ टाइम हो गया है, हुण आपां इहनां दी साइड चेंज कर दिंदे आ। इस तरीके दे नाल चम्मच दे नाल आपां साइड चेंज कर देनी है। तुसीं देख सकते हो किन्ना वधिया कलर आया है। इसे तरीके नाल आपां दूजी साइड तों भी सेकना है। गैस दी फ्लेम तुसीं लो टू मीडियम रखनी है। लो टू मीडियम फ्लेम ते आपां टिक्कियां नूं एकदम गोल्डन ब्राउन ते इस तरीके नाल क्रिस्प होण तक सेकना है। देखो तुसीं देख सकते हो टिक्कियां एकदम गोल्डन ब्राउन ते क्रिस्प हो गई है, चंगे तरीके नाल सेक के तैयार है। सो हुण आपां टिक्कियां नूं उतार लांगे तवे दे उपरों। टिक्की नूं आपां डायरेक्ट इस तरीके नाल प्लेट दे विच कढ़ना है। कोई भी टिशू जां तुसीं किचन टावल जिहड़ा यूज नहीं करना हैगा। जे तुसीं टिशू दे उपर टिक्कियां नूं कढ़ोगे तां की होगा कि टिक्कियां जिहड़ियां सॉफ्ट हो जाऊंगियां, क्रिस्पी नहीं रहिंदियां। जे तुसीं डायरेक्ट इस तरीके नाल प्लेट दे विच कढ़दे हो तां टिक्कियां ज्यादा लंबे समय तक क्रिस्प रहिंदियां। इसे तरीके दे नाल आपां बाकी दियां वी टिक्कियां जिहड़ियां है शैलो फ्राई करके तैयार कर लांगे। गैस दी फ्लेम लो टू मीडियम रखनी है। देखो टिक्कियां जिहड़ियां मैं तवे दे उपर पा दित्तियां है, ते हुण आपां इहनां नूं वी गोल्डन ब्राउन ते एकदम क्रिस्प होण तक शैलो फ्राई करांगे। देखो सारियां टिक्कियां जिहड़ियां मैं सेक के तैयार कर लईआं, तुसीं देख सकदे हो देखण नूं किन्नियां वधिया लगदियां पईआं। सो हुण आपां टिक्कियां नूं गर्मा गर्म सर्व करांगे। इस तरीके नाल मैं एक सर्विंग प्लेट लै ली आ, इहदे विच आपां अपनियां टिक्कियां जिहड़ियां आ उह सर्व कर लांगे। फ्रेंड्स तुसीं देख सकदे हो किन्ना वधिया कलर आया आ, बहुत ही ज्यादा कुरकुरियां बन के तैयार होईआं। सो तुसीं भी पूरे टिप्स एंड ट्रिक्स फॉलो करियो, तुहाडियां टिक्कियां भी एकदम ऐसे तरीके नाल परफेक्ट बन के तैयार हो गईआं। इस तरीके नाल टिक्कियां जिहड़ियां मैं प्लेट दे विच रख लईआं, ते टिक्कियां जिहड़ियां आपां टोमैटो कैचअप दे नाल सर्व करन लगे आ। तुसीं चाहो तां दही जां सॉस दे नाल वी सर्व कर सकदे हो, बिल्कुल तुहाडे ते डिपेंड आ कि तुसीं किस तरीके नाल खाणा चाहुंदे हो। सो तुसीं वी इसे तरीके नाल बनायो ते खायो। जे वीडियो चंगी लगी तां वीडियो नूं लाइक करियो, शेयर करियो ते कमेंट करके जरूर दस्सियो कि तुहानूं इह रेसिपी किहो जिही लगी। जेकर चैनल ते पहली वार आए हो तां चैनल नूं सबसक्राइब जरूर करियो, ते नाल ही बैल आइकन प्रेस करके ऑल दी ऑप्शन ते क्लिक करियो तां कि मेरे आउण वाले वीडियो दे नोटिफिकेशन सब तों पहलां तुहानूं मिल सकण। सो वीडियो देखण लई तुहाडा ਸਾਰਿਆਂ ਦਾ ਬਹੁਤ ਬਹੁਤ ਧੰਨਵਾਦ।